अमृतसर दे रहण वाले विपन बिट्टू जदों 22 साल दे सन तां एक हादसे विच गोली लगण कारण उन्हां दीआं दोवें अखां दी रोशनी चली गई। मैं सोच रहा सी कि मैं उसदी गोली नहीं चलण देवांगा, पर जदों उन्हां ने निशाना लैके मेरे वल नूं मारिया और वह 12 बोर दे शरे जदों मेरे चेहरे ते लगे और मेरी अखां दीआं नाड़ियां कट्टियां गईआं और 3 दिन तक लगातार चेहरे चों खून वगदा रहा। फिर मेरे छोटे भरा ने खून दिता, मेरी जान बच गई। इंडिया मेडिकल इंस्टीट्यूट च लैके गए और उत्थे भी 2 दिन तक वो देखते रहे, लेकिन उन्होंने कहा कि इन्हां दी अखां जिहड़ियां नाड़ियां कट्टियां गईआं हैं, चाहे किसी भी जगह ते लै जाओ, हुण इहदीआं अखां ठीक नहीं हो सकदीआं। इस गल नूं सुन के विपन बिट्टू दा मन बहुत दुखी होया ते उह सोचण लगे कि उन्हां दे जीवन विच इह सब क्यों वापरिया। और चर्च दे विच जदों मैं बैठा ते उस जगह दे उत्ते मतलब 7 दिन तक मैं कुछ नहीं खादा पीता और उस चर्च दे विच मैं प्रभु दे सामने बार बार रो रहा सी कि प्रभु यीशु जी, तुसी अन्यां दे अखां नूं खोलिया है, मेरियां भी अखां खोल दो। 7 दिन तक मैं कुछ नहीं खादा पीता। 7 दिन दे बाद वो चर्च रोशनी नाल भर गया। हिफ़्ज़ खत 1:18 विच जिस तरीके नाल ये वचन मेरे सामने आया और यीशु मेरे सामने आया कि मैं तेरे दिल दियां अखां, मन दियां अखां खोल दित्तियां हन, मेरे बेटा हुण उठ ते अपना गवाही बोल, प्रचार कर, अज तो बाद मैं तेरे नाल वां, तेरी जिंदगी दियां सबे जरूरतां नूं मैं पूरा करांगा। प्रभु दे वचन दा प्रचार करन दा राह सौखा नहीं सी। कदम कदम ते लोकां ने विपन बिट्टू नूं ताने मारे अते इनकार भी कीता। जदों मैं प्रचार शुरू कीता इस जगह दे उत्ते आके बहुत सारे लोकां ने इनकार कीता कि तू ते आप ब्लाइंड है, तेरियां ते अपनियां अखां खुलियां नहीं। लेकिन मैं उन्हूं जवाब वचन चों ये दिता कि देखो, आत्मिक अखां जदों खुल जांदियां हन ਤਾਂ ਮੇਰੀਆਂ ਆਤਮਿਕ ਅੱਖਾਂ ਪ੍ਰਭੂ ਯੇਸ਼ੂ ਨੇ ਖੋਲ ਦਿੱਤੀਆਂ ਜਦੋਂ ਮੈਂ ਉਹਦਾ ਦਰਸ਼ਨ ਪਾ ਲਿਆ। ਅਤੇ ਇਹ ਜਿਹੜਾ ਸਰੀਰਕ ਅੱਖਾਂ ਵਾ ਉਹ ਕਈ ਵਾਰ ਸਾਨੂੰ ਨਰਕ ਦੇ ਵੱਲ ਲੈ ਜਾਂਦੀਆਂ ਹਨ ਔਰ ਪਾਪ ਦੇ ਵੱਲ ਲੈ ਜਾਂਦੀਆਂ ਹਨ। ਇਸ ਤਰ੍ਹਾਂ ਵਿਪਨ ਲੋਕਾਂ ਨੂੰ ਵਚਨ ਦੇ ਰਾਹੀਂ ਪ੍ਰੇਰਿਤ ਕਰਦੇ ਚਲੇ ਗਏ ਅਤੇ ਬਹੁਤ ਸਾਰੇ ਲੋਕਾਂ ਦੇ ਜੀਵਨ ਪਰਿਵਰਤਿਤ ਹੋ ਗਏ। ਕਈ ਭੈਣਾਂ ਭਰਾਵਾਂ ਨੇ ਮਤਲਬ ਇਹ ਵੀ ਗੱਲ ਕਹੀ ਕਿ ਹੁਣ ਤੁਹਾਡੀ ਮੈਰਿਜ ਨਹੀਂ ਹੋ ਸਕਦੀ, ਸ਼ਾਦੀ ਨਹੀਂ ਹੋ ਸਕਦੀ। ਔਰ ਇੱਕ ਵਾਰ ਮੇਰੀ ਆਂਟੀ ਨੇ ਵੀ ਬੋਲਿਆ ਔਰ ਜਦੋਂ ਉਹਨਾਂ ਨੇ ਬੋਲਿਆ ਤਾਂ ਰਾਤ ਪਰਮੇਸ਼ਰ ਨੇ ਉਹਨਾਂ ਨੂੰ ਸੁਪਨਾ ਦਿਖਾਇਆ ਕਿ ਵਿਪਨ ਬਿੱਟੂ ਦੇ 3 ਬੱਚੇ ਹਨ। ਪ੍ਰਭੂ ਦੀ ਮਰਜ਼ੀ ਦੇ ਮੁਤਾਬਕ ਅੱਜ ਵਿਪਨ ਦੀ ਪਤਨੀ ਉਹਨਾਂ ਦਾ ਪੂਰਾ ਸਹਿਯੋਗ ਕਰਦੀ ਹੈ। ਉਹਨਾਂ ਦੇ 3 ਬੱਚੇ ਹਨ ਤੇ ਪੂਰਾ ਪਰਿਵਾਰ ਮਿਲ ਕੇ ਪ੍ਰਭੂ ਦੀ ਸੇਵਕਾਈ ਕਰਦਾ ਹੈ। ਔਰ ਅਸੀਂ ਜਗ੍ਹਾ ਬਾਈ ਜਗ੍ਹਾ ਅੰਮ੍ਰਿਤਸਰ, ਪੱਟੀ, ਅਲੱਗ ਅਲੱਗ ਜਗ੍ਹਾ ਤੇ ਬਹੁਤ ਸਾਰੇ ਪਿੰਡਾਂ ਵਿੱਚ, ਜਿਸ ਤਰ੍ਹਾਂ ਸੰਤ ਪੁਲੂਸ ਨੇ ਬਹੁਤ ਸਾਰੇ ਚੇਲੇ ਬਣਾਏ, ਉਸੇ ਤਰੀਕੇ ਨਾਲ ਪ੍ਰਭੂ ਨੇ ਮੈਨੂੰ ਵੀ ਆਪਣੇ ਕੰਮਾਂ ਦੇ ਲਈ ਇਸਤੇਮਾਲ ਕੀਤਾ। ਜਿੰਨੇ ਵੀ ਲੋਕ ਅੰਗਹੀਨ ਲੋਕ ਸੁਣ ਰਹੇ ਆ ਮੈਨੂੰ, ਮੈਂ ਉਹਨਾਂ ਦੇ ਅੰਦਰ ਇੱਕ ਦਲੇਰੀ ਭਰਨਾ ਚਾਹੁੰਦਾ ਹਾਂ ਕਿ ਦੁਨੀਆਂ ਦੇ ਲੋਕ ਚਾਹੇ ਤੁਹਾਨੂੰ ਕੁਛ ਵੀ ਕਹਿ ਲੈਣ, ਪਰ ਦੁਨੀਆਂ ਦੀ ਆਵਾਜ਼ ਨੂੰ ਨਹੀਂ ਸੁਣਨਾ ਹੈ, ਪਰਮੇਸ਼ਰ ਦੀ ਆਵਾਜ਼ ਨੂੰ ਸੁਣਨਾ ਹੈ। ਆਉਣ ਵਾਲੇ ਸਮੇਂ 'ਚ ਪਰਮੇਸ਼ਰ ਤੁਹਾਨੂੰ ਬਲ ਦੇਵੇ, ਤੁਹਾਨੂੰ ਤਾਕਤ ਦੇਵੇ ਮੇਰੀ ਗਵਾਹੀ ਦੇ ਦੁਆਰਾ, ਔਰ ਕਦੇ ਵੀ ਆਪਣੀ ਜ਼ਿੰਦਗੀ ਦੇ ਵਿੱਚ ਹਾਰ ਨਹੀਂ ਮੰਨਣੀ। ਮੈਂ ਬਹੁਤ ਵਾਰ ਜਦੋਂ ਸਟੇਜ 'ਤੇ ਪ੍ਰਚਾਰ ਕਰਦਾ, ਮੈਂ ਆਪਣੇ ਲਈ ਬੋਲਦਾ ਹਾਂ, ਆਈ ਐਮ ਵਰਲਡ ਸਟਾਰ। ਆਪਣੀ ਗਵਾਹੀ ਦੇ ਰਾਹੀਂ ਅਤੇ ਪਰਮੇਸ਼ਰ ਦੇ ਵਚਨ ਦੇ ਰਾਹੀਂ ਵਿਪਨ ਸਭ ਨੂੰ ਮਿਲ ਕੇ ਰਹਿਣ ਦੀ ਪ੍ਰੇਰਣਾ ਦਿੰਦੇ ਹਨ। ਮੈਂ ਕਈ ਵਾਰ ਦੇਖਦਾ ਕਿ ਕਈ ਨੋਰਮਲ ਲੋਕ ਅੰਗਹੀਨ ਲੋਕਾਂ ਨੂੰ ਸ਼ਾਮਿਲ ਕਰਨ ਤੋਂ ਗ੍ਰੇਸ ਕਰਦੇ ਹਨ, ਪਰ ਮੈਂ ਚਾਹੁੰਦਾ ਕਿ ਤੁਸੀਂ ਜਿਸ ਤਰ੍ਹਾਂ ਹਰ ਇੱਕ ਨੂੰ, ਅੰਗਹੀਨ ਨੂੰ ਵੀ, ਨੋਰਮਲ ਨੂੰ ਵੀ ਪਰਮੇਸ਼ਰ ਨੇ ਬਣਾਇਆ ਹੈ, ਤੁਸੀਂ ਉਹਨਾਂ ਦੇ ਨਾਲ ਮਿਲ ਕੇ ਚੱਲੋ ਅਤੇ ਉਹਨਾਂ ਦੇ ਨਾਲ ਪਿਆਰ ਦਿਖਾਈਏ, ਮਿਲ ਕੇ ਚੱਲੀਏ, ਹਮਦਰਦੀ ਦਿਖਾਈਏ ਅਤੇ ਪਰਮੇਸ਼ਰ ਤੁਹਾਨੂੰ ਸਾਰਿਆਂ ਨੂੰ ਆਸ਼ੀਸ਼ ਦੇਵੇ। ਥੈਂਕ ਯੂ।